ਉਹ ਦੁੱਧ ਸੀ, ਉਹ ਦੁੱਧ ਸੀ ਬਰਕਤ ਦਾ, ਇਹ ਫੁੱਟ ਹੈ ਪਾਣੀ ਦਾ। ਇੱਕ ਪੁਰਾਣਾ ਸਮਾਂ ਸੀ ਜਦੋਂ ਆਪਸ ਵਿੱਚ ਹਰ ਇੱਕ ਘਰ ਵਿੱਚ ਖੁਸ਼ਹਾਲੀ ਸੀ, ਪੈਸੇ ਦੀ ਵੀ ਬਰਕਤ ਸੀ, ਪਿਆਰ ਸੀ ਆਪਸ ਵਿੱਚ। ਪਰ ਅੱਜ ਦੀ ਤਹਿਜ਼ੀਬ ਲੜਾਈ ਝਗੜੇ ਦੇ ਆਧਾਰ ਤੇ ਹੈ। ਉਹ ਜੀਵਨ ਲੈਂਦੀ ਸੀ, ਇਹ ਜੀਵਨ ਹੁੰਦੀ ਹੈ, ਲੈਂਦੀ ਹੈ। ਜੀਵਨ ਦਾਨ ਦੇਣ ਵਾਲੀ ਤਹਿਜ਼ੀਬ ਸੀ ਪੁਰਾਣੀ ਤਹਿਜ਼ੀਬ, ਪੁਰਾਣੇ ਸੰਸਕਾਰ, ਪੁਰਾਣੀ ਸੰਸਕ੍ਰਿਤੀ, ਸਾਡੀ ਪੁਰਾਣੀ ਸਭਿਅਤਾ। ਜੀਵਨ ਦਾਨ ਬਖਸ਼ਣ ਵਾਲੀ ਸੀ, ਮੀਨ ਜੀਵਨ ਨੂੰ ਉੱਚਾ ਸੁੱਚਾ ਬਣਾਉਣ ਵਾਲੀ। ਪਰ ਅੱਜ ਦੀ ਜਿਹੜੀ ਸਭਿਅਤਾ ਹੈ, ਪੱਛਮੀ ਸਭਿਅਤਾ, ਜੀਵਨ ਨੂੰ ਤਹਿਸ ਨਹਿਸ ਕਰਨ ਵਾਲੀ ਹੈ, ਲੈ ਲੈਂਦੀ ਹੈ ਜੀਵਨ, ਲੈ ਲੈਂਦੀ ਤਹਿਸ ਨਹਿਸ ਕਰ ਦਿੰਦੀ ਹੈ ਜੀਵਨ, ਤਹਿਸ ਨਹਿਸ, ਬਰਬਾਦੀ ਵਾਲੇ ਪਾਸੇ ਲਿਜਾਣ ਵਾਲੀ ਹੈ। ਨੈਕਸਟ, ਉਹ ਖਾਣ ਨੂੰ ਦਿੰਦੀ ਸੀ, ਇਹ ਖਾਣ ਨੂੰ ਪੈਂਦੀ ਹੈ। ਅਜਿਹਾ ਸਮਾਂ ਸੀ ਪੁਰਾਣਾ ਸਮਾਂ, ਪੁਰਾਣੀ ਤਹਿਜ਼ੀਬ ਅਜਿਹੀ ਸੀ ਜਿੱਥੇ ਇੱਕ ਦੂਜੇ ਦੇ ਹਰ ਕੋਈ ਸਾਥ ਦਿੰਦਾ ਸੀ, ਹਰ ਕੋਈ ਇੱਕ ਦੂਜੇ ਨੂੰ ਪਿਆਰ ਨਾਲ ਬੁਲਾਉਂਦਾ ਸੀ ਤੇ ਵੰਡ ਕੇ ਸਭ ਖਾਂਦੇ ਸਨ। ਪਰ ਅੱਜ ਹਰ ਕੋਈ ਨਿੱਕੀ ਜਿਹੀ ਗੱਲ ਤੇ ਲੜਨ ਨੂੰ ਪੈਂਦਾ ਹੈ, ਖਾਣ ਨੂੰ ਪੈਂਦਾ। ਅੱਜ ਦੀ ਤਹਿਜ਼ੀਬ ਅਜਿਹੀ ਹੈ ਜੋ ਕਿ ਇੱਕ ਦੂਜੇ ਨੂੰ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਨਾਲ ਦੇਖਦੀ ਹੈ। ਨੈਕਸਟ, ਉਹ ਬਾਂਹ ਬਣਾਉਂਦੀ ਸੀ, ਇਹ ਬਾਹਾਂ ਭੰਨਦੀ ਹੈ। ਬਾਂਹ ਬਣਾਉਣਾ ਮੀਨਸ ਇਕੱਠੇ ਮਿਲ ਕੇ ਰਹਿਣਾ, ਇੱਕ ਦੂਜੇ ਦਾ ਦੁੱਖ ਸੁੱਖ ਵਿੱਚ ਭਰਾ ਭਰਾ ਦਾ ਸਾਥ ਦਿੰਦਾ ਸੀ। ਬਾਂਹ ਇੱਕ ਹੁੰਦਾ ਹੈ ਬਾਂਹ ਦੇਣੀ, ਮੀਨਸ ਸਾਥ ਦੇਣਾ, ਇੱਕ ਹੁੰਦਾ ਹੈ ਬਾਂਹ ਭੰਨਣੀ, ਆਪਸ ਵਿੱਚ ਲੜਨਾ। ਅੱਜ ਦੀ ਤਹਿਜ਼ੀਬ ਭਰਾ ਭਰਾ ਨੂੰ ਪੈਸੇ ਪਿੱਛੇ, ਜ਼ਮੀਨ ਜਾਇਦਾਦ ਪਿੱਛੇ, ਆਪਣੇ ਸਵਾਰਥ ਲਈ ਨਫ਼ਰਤ ਕਰਦੀ ਹੈ, ਲੜਾਈ ਝਗੜੇ ਪੈਦਾ ਕਰਦੀ ਹੈ। ਉਹ ਭੋਲੀ ਭਾਲੀ ਸੀ, ਇਹ ਚੰਚਲ ਮੰਨਦੀ ਹੈ। ਚੰਚਲ, ਚੰਚਲ ਮੀਨਸ ਸ਼ੈਤਾਨ। ਇੱਕ ਸਮਾਂ ਸੀ ਪੁਰਾਣੀ ਤਹਿਜ਼ੀਬ, ਰਿਸ਼ੀਆਂ ਮੁਨੀਆਂ ਦੇ ਸਮੇਂ ਦੀ ਪੁਰਾਣੀ ਤਹਿਜ਼ੀਬ ਸ਼ਰਾਫਤ ਨਾਲ ਭਰੀ ਹੋਈ ਸੀ, ਇੱਕ ਦੂਜੇ ਦੇ ਪ੍ਰਤੀ ਨੇਕ ਸੋਚ ਸੀ, ਨੇਕ ਸੋਚ ਦੀ ਧਾਰਨੀ। ਪਰ ਅੱਜ ਦੀ ਤਹਿਜ਼ੀਬ ਜੋ ਪੱਛਮੀ ਪ੍ਰਭਾਵ ਹੇਠ ਆਈ ਹੋਈ ਹੈ, ਸ਼ੈਤਾਨ ਹੈ, ਚਲਾਕੀ ਦੇ ਆਧਾਰ ਤੇ ਹੈ। ਅੱਜ ਹਰ ਕੋਈ ਆਪਣੇ ਆਪ ਵਿੱਚ ਚਲਾਕ ਬਣਿਆ ਹੋਇਆ, ਸ਼ੈਤਾਨ ਬਣਿਆ ਹੋਇਆ, ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਉਹ ਵੀਰ ਮਨਾਉਂਦੀ ਸੀ, ਉਹ ਵੀਰ ਮਨਾਉਂਦੀ ਸੀ, ਇਹ ਵੀਰ ਲੜਾਉਂਦੀ ਹੈ। ਉਹ ਭਰਾਵਾਂ ਭਰਾਵਾਂ ਨੂੰ ਇਕੱਠੇ ਕਰਨ ਵਾਲੀ ਤਹਿਜ਼ੀਬ ਸੀ, ਸਾਰੇ ਇੱਕੋ ਵਿਹੜੇ ਵਿੱਚ, ਸਾਰੇ ਹੀ ਇੱਕੋ ਵਿਹੜੇ ਵਿੱਚ ਭੈਣ ਭਰਾ ਰਲ ਮਿਲ ਕੇ ਇਕੱਠੇ ਖੇਡਦੇ ਵੱਡੇ ਹੁੰਦੇ ਸਨ, ਨੱਚਦੇ ਟੱਪਦੇ ਖੁਸ਼ੀਆਂ ਮਨਾਉਂਦੇ ਸਨ। ਪਰ ਅੱਜ ਦੀ ਤਹਿਜ਼ੀਬ ਅਜਿਹੀ ਹੈ ਕਿ ਭਰਾ ਭਰਾ ਦਾ ਆਪਣੇ ਪਿਆਰ ਨਹੀਂ ਰਿਹਾ, ਵੈਰੀ ਬਣ ਗਿਆ ਹੈ। ਉਹ ਚਾਵੇਂ ਸੁਣਦੀ ਸੀ, ਇਹ ਸੁੱਕਣੇ ਪਾਉਂਦੀ ਹੈ। ਨੋਟ ਕਰੋ, ਸੁੱਕਣੇ ਪਾਉਣਾ, ਤੰਗ ਕਰਨਾ, ਤੰਗ ਕਰਨਾ। ਪੁਰਾਣੀ ਤਹਿਜ਼ੀਬ ਅਜਿਹੀ ਸੀ, ਪੁਰਾਣੀ ਸਭਿਅਤਾ ਅਜਿਹੀ ਸਭਿਅਤਾ ਸੀ ਜਿਸ ਵਿੱਚ ਹਰ ਕੋਈ ਸੁੱਖਾਂ ਦਾ ਆਨੰਦ ਮਾਣਦਾ, ਸੁੱਖਾਂ ਦੀ ਸੰਘਣੀ ਛਾਂ ਮਾਣਦਾ ਸੀ। ਛਾਂ ਵਰਡ ਕੀ ਹੈ? ਛਾਵੇਂ ਸੁਣਦੀ ਸੀ, ਸਭ ਨੂੰ ਸੁੱਖ ਪ੍ਰਦਾਨ ਕਰਨ ਵਾਲੀ ਸੀ, ਸੁੱਖ ਦੇਣ ਵਾਲੀ ਸੀ। ਪਰ ਅੱਜ ਦੀ ਸਭਿਅਤਾ ਸੁੱਕਣੇ ਪਾਉਂਦੀ, ਇੱਕ ਦੂਜੇ ਨੂੰ ਤੰਗ ਕਰਦੀ ਹੈ, ਮਜ਼ਾਕ ਬਣਾਉਂਦੀ ਹੈ ਹਰ ਇੱਕ ਦਾ, ਹਰ ਇੱਕ ਨੂੰ ਦੁੱਖ ਦਿੰਦੀ ਹੈ। ਤਹਿਜ਼ੀਬ ਮੀਨਸ ਹਰ ਕੋਈ ਕਿਸੇ ਦਾ ਕੋਈ ਵੈਲ ਵਿਸ਼ਰ ਨਹੀਂ ਹੈ, ਇੱਛਕ ਨਹੀਂ ਹੈ, ਹਰ ਕੋਈ ਆਪਣਾ ਸਵਾਰਥ ਸਿੱਧ ਕਰਕੇ ਲੱਗਾ ਹੈ। ਆਪਣਾ ਸਵਾਰਥ ਸਿੱਧ ਕਰਦਿਆਂ ਦੂਜੇ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ, ਕਿਸੇ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਅੱਜ ਹਰ ਕੋਈ ਬੇਪਰਵਾਹ ਹੋਇਆ ਫਿਰਦਾ ਹੈ,
ਕੋਈ ਕਿਸੇ ਦੀ ਚਿੰਤਾ ਨਹੀਂ। ਉਸ ਵਿੱਚ ਇੱਕ ਕਰਤਾ ਸੀ, ਸਾਰਾ ਟੱਬਰ ਖਾਂਦਾ ਸੀ। ਇੱਕ ਸਮਾਂ ਸੀ ਕਿ ਘਰ ਦੇ ਵਿੱਚ ਇੱਕ ਵਿਅਕਤੀ ਕਮਾਉਣ ਵਾਲਾ ਸੀ। ਘਰ ਦੇ ਸਾਰੇ ਜੀ ਰਲ ਮਿਲ ਕੇ ਪਿਆਰ ਨਾਲ ਉਸ ਤਨਖਾਹ ਵਿੱਚ, ਉਸ ਕਮਾਈ ਵਿੱਚ ਆਪਣੀਆਂ ਜੀਵਨ ਦੀਆਂ ਲੋੜਾਂ ਪੂਰੀਆਂ ਕਰਦੇ ਸਨ ਔਰ ਸੁੱਖ ਮਾਣਦੇ ਸਨ। ਕਿਸੇ ਨੂੰ ਕਿਸੇ ਪ੍ਰਤੀ ਕੋਈ ਵੀ ਗਿਲਾ ਸ਼ਿਕਵਾ ਨਹੀਂ ਸੀ। ਥੋੜੀ ਕਮਾਈ ਵਿੱਚ ਵੀ ਅਣਗਿਣਤ ਖੁਸ਼ੀ ਹੋ ਕੇ ਜਾਂਦੇ ਸਨ। ਸੱਚੀ ਖੁਸ਼ੀ। ਅੱਜ ਬੱਚਿਆਂ ਦੀਆਂ ਜੀਵਨ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤੇ ਉਹਨਾਂ ਦਾ ਮਾਤਾ ਪਿਤਾ ਪ੍ਰਤੀ ਗਿਲਾ ਹੈ, ਬਹੁਤ ਵੱਡੀ ਸ਼ਿਕਾਇਤ ਹੈ ਤੇ ਅੱਜ ਕੱਲ ਦੇ ਬੱਚੇ ਫਿਰ ਗੁੱਸਾ ਕਰਦੇ ਨੇ। ਨੈਕਸਟ ਸੀ ਸਮੇਂ ਆਜ਼ਾਦੀ ਦੇ, ਹਿੰਦ ਵਿੱਚ ਢੋਲੇ ਗਾਉਂਦਾ ਸੀ। ਉਹ ਸਮਾਂ ਸੀ ਆਜ਼ਾਦ ਵਾਤਾਵਰਨ ਵਾਲਾ, ਕਿਸੇ ਤੇ ਕੋਈ ਬੰਦਿਸ਼ ਨਹੀਂ ਸੀ। ਢੋਲੇ ਗਾਣਾ ਸਾਰਾ ਹਿੰਦੁਸਤਾਨ ਖੁਸ਼ੀ ਦੇ ਗੀਤ ਗਾਉਂਦਾ ਸੀ। ਸਾਰਾ ਹਿੰਦੁਸਤਾਨ ਖੁਸ਼ੀ ਦੇ ਗੀਤ ਗਾਉਂਦਾ ਸੀ। ਅੱਗੇ ਅਜੇ ਰੀਡ ਕਰਨੀ ਹੈ ਸਭ ਤੋਂ। ਨੈਕਸਟ ਇਸ ਵਿੱਚ ਮਰ ਮਰ ਕੇ ਵੀ, ਨੈਕਸਟ ਪੈਰਾ, ਇਸ ਵਿੱਚ ਮਰ ਮਰ ਕੇ ਵੀ ਸਭ ਭੁੱਖੇ ਮਰਦੇ ਨੇ। ਅੱਜ ਦਾ ਸਮਾਂ ਅਜਿਹਾ ਸਮਾਂ ਕਿ ਮਿਹਨਤ ਬਹੁਤ ਹੈ ਪਰ ਉਸ ਮਿਹਨਤ ਦਾ ਅਜ਼ਾਨਾ ਨਹੀਂ ਮਿਲਦਾ, ਮਿਹਨਤ ਦਾ ਮੁੱਲ ਨਹੀਂ ਪਾਇਆ ਜਾਂਦਾ। ਅੱਜ ਹਰ ਕੋਈ ਕਮਾਈ ਕਰਨ ਦੇ ਲਈ ਮਰ ਰਿਹਾ ਹੈ, ਜਾਨ ਮਾਰ ਕੇ ਕੰਮ ਕਰ ਰਿਹਾ, ਪਰ ਇੰਨੀ ਜ਼ਿਆਦਾ ਮਹਿੰਗਾਈ ਹੈ ਕਿ ਫਿਰ ਵੀ ਭੁੱਖ ਨਾਲ ਗਰੀਬੀ ਦਾ ਜੀਵਨ ਭੋਗਣਾ ਪੈ ਰਿਹਾ ਹੈ, ਕੰਗਾਲੀ ਦਾ ਜੀਵਨ ਭੋਗਣਾ ਪੈ ਰਿਹਾ। ਹੋਕੇ ਦਿਨ ਰਾਤ ਭਰਨ ਪਰ ਪੇਟ ਨਾ ਭਰਦੇ ਨੇ। ਇੰਨੀਆਂ ਜੀਵਨ ਦੀਆਂ ਲੋੜਾਂ ਵੱਧ ਗਈਆਂ ਕਿ ਅੱਜ ਕੱਲ ਹਰ ਕੋਈ ਹੋਕੇ ਭਰ ਰਿਹਾ, ਮੀਨ ਹਾਂ ਦਾ ਨਾਰਾ ਮਾਰ ਰਿਹਾ, ਦੁਖੀ ਹੋ ਰਿਹਾ। ਕਮਾਈ ਵਿੱਚ ਜਿੰਨੀ ਕਮਾਈ ਹੈ ਉਹਦੇ ਵਿੱਚ ਗੁਜ਼ਾਰਾ ਨਹੀਂ ਹੋ ਰਿਹਾ ਕਿਉਂਕਿ ਪੇਟ ਭਰ ਕੇ ਖਾਣ ਨੂੰ ਨਹੀਂ ਮਿਲਦਾ। ਮਿਹਨਤ ਕਰਕੇ ਵੀ ਕਿਰਤ ਦੀ ਛਾਤੀ ਤੇ, ਕਿਰਤ ਵੀ ਮਜ਼ਦੂਰ, ਮਿਹਨਤੀ ਮਜ਼ਦੂਰ, ਕਿਰਤ ਦੀ ਛਾਤੀ ਤੇ ਮੂੰਗ ਪਈ ਦਲਦੀ ਹੈ। ਮੂੰਗ ਦਲਣਾ ਮੁਹਾਵਰਾ ਹੈ ਕਿਸੇ ਨੂੰ ਬਹੁਤ ਦੁਖੀ ਕਰਨਾ। ਅੱਜ ਅਜਿਹਾ ਸਮਾਂ ਕਿ ਮਜ਼ਦੂਰਾਂ ਨੂੰ ਦੁਖੀ ਕੀਤਾ ਜਾਂਦਾ, ਜਿਹੜੇ ਕਿ ਮਿਹਨਤ ਕਰ ਰਹੇ ਨੇ, ਝੁੱਗੀਆਂ ਝੋਂਪੜੀਆਂ ਚ ਰਹਿਣ ਵਾਲੇ ਨੇ, ਜਿਨ੍ਹਾਂ ਦੇ ਸਿਰ ਤੇ ਅਮੀਰ ਲੋਕ, ਪੂੰਜੀਪਤੀ ਲੋਕ, ਸਰਮਾਏਦਾਰ ਲੋਕ ਸ਼ਾਹੀ ਠਾਠ ਮਾਠ ਵਾਲਾ ਜੀਵਨ ਬਤੀਤ ਕਰ ਰਹੇ ਨੇ, ਉਹਨਾਂ ਵਿਚਾਰਿਆਂ ਨੂੰ ਦੁਖੀ ਕੀਤਾ ਜਾਂਦਾ ਹੈ। ਕਿਰਤ ਮੀਨ ਮਿਹਨਤੀ ਮਜ਼ਦੂਰ ਲੋਕਾਂ ਨੂੰ, ਉਹਨਾਂ ਦੀਆਂ ਇੱਛਾਵਾਂ ਦਾ, ਉਹਨਾਂ ਦੀਆਂ ਸਦਰਾਂ ਦਾ ਖੂਨ ਕੀਤਾ ਜਾਂਦਾ ਹੈ। ਉਹਨਾਂ ਨੂੰ ਦੁਖੀ ਕਰਕੇ ਛਾਤੀ ਤੇ ਮੂੰਗ ਦਲਣਾ ਹੁੰਦਾ ਹੈ, ਦੁਖੀ ਨੂੰ ਹੋਰ ਦੁਖੀ ਕਰਨਾ। ਉਹ ਤਾਂ ਵਿਚਾਰੇ ਅੱਗੇ ਹੀ ਦੁਖੀ ਨੇ, ਗਰੀਬੀ ਦੇ ਸਤਾਏ ਹੋਏ, ਇੰਨੀ ਮਿਹਨਤ ਕਰਕੇ ਵੀ ਉਹ ਅਮੀਰਾਂ ਦੀਆਂ ਜੇਬਾਂ ਭਰ ਰਹੇ ਨੇ, ਅਮੀਰਾਂ ਨੂੰ ਸੁੱਖ ਦੇ ਰਹੇ ਨੇ। ਜਿਹੜੇ ਅਮੀਰ ਲੋਕ ਨੇ, ਤਖਤਿਆਂ ਦੇ ਮਾਲਕ ਨੇ, ਉਹ ਗਰੀਬਾਂ ਦੇ ਸਿੱਧੇ ਹੀ ਅਮੀਰ ਬਣੇ ਨੇ। ਉਹਨਾਂ ਨੂੰ ਵਿਚਾਰਿਆਂ ਨੂੰ ਸਾਰਾ ਦਿਨ ਮਜ਼ਦੂਰੀ ਕਰਕੇ ਵੀ ਪੂਰਾ ਪੇਟ ਭਰਨ ਨੂੰ ਰੋਟੀ ਨਹੀਂ ਮਿਲਦੀ, ਉਹਨਾਂ ਨੂੰ ਹੋਰ ਦੁਖੀ ਕੀਤਾ ਜਾਂਦਾ ਹੈ। ਇਹ ਅੱਜ ਕੱਲ ਦੀ ਸਭਿਅਤਾ ਅਜਿਹੀ ਸਭਿਅਤਾ ਹੈ ਜਿਹਦੇ ਵਿੱਚ ਗਰੀਬ ਦਾ ਕੋਈ ਵੀ ਧਿਆਨ ਨਹੀਂ ਕੀਤਾ ਜਾਂਦਾ। ਨੈਕਸਟ ਰਾਤ ਰਤ ਪੀ ਪੀ ਲਿਸਿਆਂ ਦੀ, ਲਿਸੇ ਮੀਨਸ ਮਾਰਚੂ ਕਮਜ਼ੋਰ, ਲਿਸੇ ਮੀਨਸ ਗਰੀਬ, ਜਿਨ੍ਹਾਂ ਨੂੰ ਰੋਜ਼ ਸਮੇਂ ਦੀ ਰੋਟੀ ਵੀ ਪੂਰੀ ਖਾਣ ਨੂੰ ਨਹੀਂ ਮਿਲਦੀ। ਰਕਤ ਪੀ ਪੀ, ਰਕਤ ਮੀਨਸ ਖੂਨ ਪੀ ਪੀ, ਖੂਨ ਨਿਚੋੜ ਨਿਚੋੜ ਗਰੀਬਾਂ ਦਾ, ਗਰੀਬਾਂ ਦਾ ਖੂਨ ਨਿਚੋੜ ਨਿਚੋੜ ਕੇ ਇਹਦੀ ਗੋਗੜ ਪਲਦੀ ਹੈ। ਇਹ ਸੇਠ ਬਣੇ ਫਿਰਦੇ ਨੇ, ਗੋਗੜਾ ਭਰਦੇ ਨੇ, ਪੇਟ ਵਧਾਏ ਹੋਏ ਨੇ, ਐਸ਼ ਕਰਦੇ ਨੇ। ਗਰੀਬਾਂ ਦੇ, ਮਜ਼ਦੂਰਾਂ ਦੇ ਸਿਰ ਤੇ ਸੇਠ ਲੋਕ, ਪੂੰਜੀਪਤੀ ਲੋਕ ਆਪਣੇ ਪੇਟ ਵਧਾ ਰਹੇ ਨੇ,
ਜੀ ਜੀ ਰਹੇ ਨੇ ਐ ਸਿਸ਼ਰਤ ਕਰ ਰਹੇ ਨੇ ਸੁਖ ਮਾਣ ਰਹੇ ਹਨ ਕਿੰਨਾ ਨੂੰ ਤੰਗ ਕਰ ਕਰਕੇ ਲਿਸਿਆਂ ਦਾ ਖੂਨ ਵੀ ਕਿਤੇ ਲਿਸੇ ਮਿਲੇ ਗਰੀਬ ਮਜ਼ਦੂਰਾਂ ਦਾ ਖੂਨ ਵੀ ਚੋਰ ਵੀ ਚੋਰ ਕੇ ਰਕਤ ਦਾ ਮਤਲਬ ਹੈ ਛੋੜਨਾ ਨੈਕਸਟ ਬਿਜਲੀ ਦੇ ਲਾਟੂ ਜੋ ਇਸੇ ਘਰ ਜਗਦੇ ਨੇ ਅਮੀਰਾਂ ਦੇ ਘਰ ਵਿੱਚ ਰੋਸ਼ਨੀ ਦੇਣ ਵਾਲੇ ਬਿਜਲੀ ਦੇ ਬੱਲਬ ਕਿੰਨਾ ਕਰਕੇ ਹਨ ਇਹਨਾਂ ਗਰੀਬ ਮਜ਼ਦੂਰਾਂ ਦੇ ਘਰ ਦੇ ਕਾਰਨ ਜਿਨ੍ਹਾਂ ਦੀ ਮਿਹਨਤ ਨਾਲ ਜਿਨ੍ਹਾਂ ਦੇ ਸਿਰ ਤੇ ਇਹ ਆਪਣੇ ਘਰਾਂ ਵਿੱਚ ਜਗਮਗ ਇਹਨਾਂ ਦੇ ਘਰਾਂ ਵਿੱਚ ਜਗਮਗ ਲਾਟੂ ਕਰ ਰਹੇ ਨੇ ਉਹਨਾਂ ਵਿਚਾਰੇ ਆਪਣਿਆਂ ਦੇ ਘਰ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ ਉਹ ਨੈਣ ਗਰੀਬਾਂ ਦੇ ਕੱਢੇ ਹੋਏ ਲੱਗਦੇ ਨੇ ਕਹਿੰਦਾ ਗਰੀਬਾਂ ਦੇ ਨੈਣ ਕੱਢ ਕਰਕੇ ਉਹਨਾਂ ਦੀਆਂ ਸਦਰਾਂ ਦਾ ਖੂਨ ਕਰ ਕਰਕੇ ਇਹਨਾਂ ਦੇ ਘਰਾਂ ਵਿੱਚ ਰੋਸ਼ਨੀ ਹੋਈ ਹੈ ਇਹ ਅਜਿਹੀ ਤਹਿਜ਼ੀਬ ਹੈ ਜਿਹੜੀ ਤਹਿਜ਼ੀਬ ਤੇ ਨਵੀਂ ਤਹਿਜ਼ੀਬ ਕਿਹਦੇ ਪ੍ਰਭਾਵ ਹੇਠ ਹੈ ਇਹ ਪੱਛਮੀ ਸਭਿਅਤਾ ਦੇ ਖਲ ਲਾ ਲਾ ਲੋਕਾਂ ਦੀ ਖਲ ਦਾ ਮਤਲਬ ਚਮੜੀ ਖਲ ਦੀ ਚਮੜੀ ਖਲ ਲਾ ਲਾ ਲੋਕਾਂ ਦੀ ਇਹ ਸੂਟ ਸਵਾਉਂਦੀ ਹੈ ਕਹਿੰਦੇ ਜਿਹੜੇ ਅਮੀਰ ਲੋਕ ਨੇ ਐਸ਼ ਕਰਨ ਵਾਲੇ ਲੋਕ ਜਿਨ੍ਹਾਂ ਦੀ ਕਿਸਮਤ ਕਿੰਨਾ ਕਰਕੇ ਚਮਕੀ ਹੈ ਇਹਨਾਂ ਗਰੀਬ ਲੋਕਾਂ ਦਾ ਕਰਦੇ ਖਲ ਲਾ ਲਾ ਕੇ ਇਹਨਾਂ ਦੀ ਛੱਤਰੀ ਲਾ ਲਾ ਕੇ ਇਹਨਾਂ ਨੇ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ
ਵੀਰ ਯੋਧੇ ਅੱਗੇ ਵੱਧ ਕੇ ਆਪਣੇ ਸੁੱਖਾਂ ਆਰਾਮ ਨੂੰ ਤਿਆਗ ਕੇ ਜਾਨ ਦੀ ਪਰਵਾਹ ਨਾ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਵਰਿਆਮ ਦਾ ਮਤਲਬ ਹੈ ਬਹਾਦਰ ਸੂਰਵੀਰ ਯੋਧੇ। ਹੁਣ ਨਾਮ ਹੀ ਰਹਿ ਗਏ, ਹੁਣ ਇਹਨਾਂ ਦੇ ਸਿਰਫ ਨਾਮ ਹੀ ਰਹਿ ਗਏ, ਕੋਈ ਇਹਨਾਂ ਦੀ ਯਾਦ ਨਹੀਂ ਕਰਦਾ, ਕੋਈ ਇਹਨਾਂ ਦੇ ਦੱਸੇ ਹੋਏ ਭੂਮੀਆਂ ਤੇ ਨਹੀਂ ਚੱਲਦਾ। ਪੁਰਾਣੇ ਸੂਰਵੀਰ ਯੋਧੇ ਸਿਰਫ ਨਾਵਾਂ ਵਿੱਚ ਹੀ ਰਹਿ ਗਏ, ਇਹਨਾਂ ਨੂੰ ਕੋਈ ਯਾਦ ਨਹੀਂ ਕਰਦਾ, ਇਹਨਾਂ ਦੇ ਉਪਰ ਕੋਈ ਜੀਵਨ ਵਿੱਚ ਬਦਲਾਵ ਨਹੀਂ ਲਿਆ ਰਿਹਾ। ਅੱਜ ਕੱਲ ਦੇ ਗੱਭਰੂ ਤਾਂ ਪਰਛਾਵੇਂ ਰਹਿ ਗਏ। ਪਰਛਾਵੇਂ ਦਾ ਮੀਨਿੰਗ ਲਿਖੋ, ਮਾਚੂ, ਕਮਜ਼ੋਰ। ਅੱਜ ਕੱਲ ਦੇ ਨੌਜਵਾਨ ਗੱਭਰੂ ਜਿਨ੍ਹਾਂ ਦਾ ਖਾਨ ਪਾਨ ਰਹਿਣ ਸਹਿਣ ਸਲੀਕੇ ਵਾਲਾ ਨਹੀਂ ਹੈ, ਉਹ ਮਾਚੂ ਜੇ ਬਣ ਕੇ ਰਹਿ ਗਿਆ। ਬਹਾਦਰਾਂ ਦੇ ਸਾਹਮਣੇ ਉਹਨਾਂ ਦੀ ਕੋਈ ਵਟਿੰਦੀ ਨਹੀਂ ਹੈ। ਇੱਕ ਸਮਾਂ ਸੀ ਬਹਾਦਰ ਸੂਰਬੀਰ ਯੋਧੇ ਸਨ ਦੇਸ਼ ਦੇ ਨੌਜਵਾਨ, ਪਰ ਅੱਜ ਇੱਕ ਸਮਾਂ ਆਇਆ ਦੇਸ਼ ਦੇ ਨੌਜਵਾਨ ਗੱਭਰੂ ਮਾਚੂ ਦੇ ਬਣ ਕੇ, ਲਿਸੇ ਦੇ ਬਣ ਕੇ ਕਮਜ਼ੋਰ ਬਣ ਕੇ ਰਹਿ ਗਏ, ਜਿਨ੍ਹਾਂ ਵਿੱਚ ਸਾਹ ਸਕਤੀ ਨਹੀਂ ਰਿਹਾ, ਕੋਈ ਤਾਕਤ ਨਹੀਂ ਹੈ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ। ਪਹਿਲੀ ਦੀ ਵਾਟ ਕਰਨ ਲਾਸਟ ਪੈਰਾਮੀਟਰ, ਪਹਿਲੀ ਦੀ ਵਾਟ ਕਰਨ, ਪਹਿਲੀ ਮੀਨਸ ਕੇ ਪਹਿਲੀ ਦੀ ਵਾਟ ਕਰਨ ਕੋਠੀ ਹੱਲਦੀ ਹੈ, ਕੋਠੀ ਹੱਲਣਾ ਮੀਨਸ ਥੱਕ ਜਾਣਾ। ਅੱਜ ਅਜਿਹਾ ਸਮਾਂ ਆ ਗਿਆ ਕਿਸੇ ਕੋਈ ਵੀ ਤਾਕਤ ਜ਼ੋਰ ਨਹੀਂ ਹੈ, ਥੋੜਾ ਜਿਹਾ ਕੰਮ ਕਰਕੇ ਹੀ ਅੱਜ ਦੇ ਨੌਜਵਾਨ ਅੱਜ ਦੇ ਕਿਸਾਨ ਥੱਕ ਜਾਂਦੇ ਹਨ। ਪਹਿਲੀ ਵਾਰ ਦੀ ਕੋਠੀ ਹੱਲਦੀ ਹੈ, ਪਹਿਲੀ ਮੀਨਸ ਵਾਹੇ ਜਾਣ ਵਾਲੇ ਖੇਤ, ਥੋੜਾ ਜਿਹਾ ਖੇਤਾਂ ਨੂੰ ਵਾਹ ਲਿਆ ਤਾਂ ਕੋਠੀ ਹੱਲਦੀ ਹੈ, ਕੋਠੀ ਹੱਲਣ ਦਾ ਮਤਲਬ ਹੈ ਥੱਕ ਜਾਣਾ। ਅੱਜ ਦੇ ਨੌਜਵਾਨ ਅੱਜ ਦੇ ਕਾਮੇ ਥੋੜਾ ਜਿਹਾ ਕੰਮ ਕਰਕੇ ਵੀ ਥਕਾਵਟ ਮਹਿਸੂਸ ਕਰਦੇ ਹਨ। ਮੂੰਗੀ ਦੀ ਦਾਲ ਪਈ ਢਿੱਡ ਵਿੱਚ ਨਾ ਕਲਦੀ ਹੈ। ਅੱਜ ਕੱਲ ਦੇ ਬੱਚਿਆਂ ਦਾ ਹਾਜ਼ਮਾ ਇੰਨਾ ਕਮਜ਼ੋਰ ਹੋ ਗਿਆ ਕਿ ਉਹਨਾਂ ਨੂੰ ਮੂੰਗੀ ਦੀ ਦਾਲ ਵੀ ਹਜ਼ਮ ਨਹੀਂ ਹੁੰਦੀ, ਸਾਦਾ ਖਾਣਾ ਹਜ਼ਮ ਨਹੀਂ ਹੁੰਦਾ, ਮੂੰਗੀ ਦੀ ਦਾਲ ਖਾਣੀ ਵੀ ਮੁਸ਼ਕਿਲ ਹੋ ਗਈ। ਅੱਜ ਕੱਲ ਦੇ ਬੱਚਿਆਂ ਦਾ ਹਾਜ਼ਮਾ ਇੰਨਾ ਕਮਜ਼ੋਰ ਹੋ ਗਿਆ, ਉਹਨਾਂ ਨੂੰ ਮੂੰਗੀ ਦੀ ਦਾਲ ਵੀ ਹਜ਼ਮ ਨਹੀਂ ਹੁੰਦੀ। ਇਹ ਬਿਜਲੀ ਕੜਕ ਪਈ, ਕਿਹੜੀ ਬਿਜਲੀ ਕੜਕ ਪਈ ਬੇਟੇ? ਨਵੀਂ ਸਭਿਅਤਾ ਦੀ ਅਜਿਹੀ ਬਿਜਲੀ ਕੜਕੀ ਜਿਸ ਨੇ ਭਾਰਤ ਦੇ ਵਿਰਸਾ ਤੇ ਦੇਸ਼ ਦੀ ਪਹਿਰਾਵੇ ਤੇ ਕੁਸ਼ਚਨ ਬਣੇਗਾ, ਬਿਜਲੀ ਕਿਸ ਤੇ ਕੜਕੀ? ਭਾਰਤੀ ਪਹਿਰਾਵੇ ਉੱਪਰ, ਪਹਿਰਾਵਾ ਜੋ ਅਸੀਂ ਪਹਿਨਦੇ ਹਾਂ, ਭਾਰਤੀ ਪਹਿਰਾਵੇ ਉੱਪਰ ਅਜਿਹੀ ਬਿਜਲੀ ਕੜਕੀ ਨਵੀਂ ਸਭਿਅਤਾ ਦੀ, ਪੱਛਮੀ ਸਭਿਅਤਾ ਦੀ, ਜਿਸਨੇ ਭਾਰਤੀ ਪਹਿਰਾਵੇ ਨੂੰ ਵੀ ਤਹਿਸ ਨਹਿਸ ਕਰਕੇ ਰੱਖ ਦਿੱਤਾ, ਬਰਬਾਦ ਕਰਕੇ ਰੱਖ ਦਿੱਤਾ। ਇਸ ਕੈਂਚੀ ਘਾ ਦਿੱਤੀ। ਅੱਜ ਕੱਲ ਦੀ ਜਨਰੇਸ਼ਨ, ਅੱਜ ਕੱਲ ਦੀ ਸਭਿਅਤਾ ਅਜਿਹੀ ਫੈਸ਼ਨ ਪ੍ਰਸਤ ਹੋ ਗਈ, ਜਿਹੜੇ ਕਿ ਵਾਲਾਂ ਨੂੰ ਕੈਂਚੀ ਨਾਲ ਕੱਟਣਾ ਸ਼ੁਰੂ ਕਰ ਦਿੱਤਾ, ਤਰ੍ਹਾਂ ਤਰ੍ਹਾਂ ਦੇ ਵਾਲਾਂ ਦੇ ਸਟਾਈਲ ਬਣਾਉਣੇ ਸ਼ੁਰੂ ਕਰ ਦਿੱਤੇ। ਕੇਸਾਂ ਤੇ ਕੈਂਚੀ ਚੱਲੀ ਸ਼ੁਰੂ ਹੋ ਗਈ। ਕੁੜੀਆਂ ਦੀਆਂ ਕੇਸਾਂ ਤੇ, ਖਾਸ ਕਰਕੇ ਕੁੜੀਆਂ ਨੇ ਆਪਣੇ ਵਾਲਾਂ ਨੂੰ ਕੈਂਚੀ ਚਲਾ ਕੇ ਖਰਾਬ ਕਰ ਲਿਆ। ਕੀ ਹੈ ਤਹਿਜ਼ੀਬ? ਲਾਸਟ ਟੂ ਲਾਈਨਸ ਬਟੇ, ਕੀ ਹੈ ਤਹਿਜ਼ੀਬ? ਫਿੱਕਾ ਬਦਨਾਮੀ ਦਾ ਕਹਿੰਦਾ ਕਿਉਂ ਜੀ ਅਕਲ ਹੈ, ਕਿਉਂ ਜੀ ਸਭਿਅਤਾ ਹੈ? ਇਹ ਤਾਂ ਇੱਕ ਬਦਨਾਮ
ਬਦਨਾਮੀ ਦਾ ਕਲੰਕ ਹੈ, ਬਦਨਾਮੀ ਦਾ ਧੱਬਾ ਹੈ, ਬਦਨਾਮੀ ਦਾ ਇੱਕ ਟਿੱਕਾ ਹੈ, ਬੇਇੱਜ਼ਤੀ ਦਾ ਇੱਕ ਦਾਗ ਹੈ। ਇਹ ਅੱਜ ਦੀ ਤਹਿਜ਼ੀਬ ਕੀ ਹੈ? ਤਹਿਜ਼ੀਬ ਜਿਸ ਦੇ ਵਿੱਚ ਕੋਈ ਤਰਕ ਨਹੀਂ ਹੈ, ਕੋਈ ਸਲੀਕਾ ਨਹੀਂ ਹੈ। ਇਹ ਕਿਉਂ ਜੀ ਤਹਿਜ਼ੀਬ ਹੈ? ਇਹ ਕਿਹੜੀ ਤਹਿਜ਼ੀਬ? ਨਵੀਂ ਤਹਿਜ਼ੀਬ। ਕਿਹਦੇ ਪ੍ਰਭਾਵ ਹੇਠ ਆਈ? ਪੱਛਮੀ ਸਭਿਅਤਾ ਦੇ, ਕਿਸੇ ਦੇ ਨਾ ਰਹਿਣ ਸਹਿਣ ਚੰਗਾ, ਨਾ ਬੋਲ ਚਾਲ ਸਾਫ਼ ਸੁਥਰੀ, ਨਾ ਮਿਠਾਸ, ਨਾ ਨਿਮਰਤਾ, ਨਾ ਭਾਈਚਾਰੇ ਦੀ ਭਾਵਨਾ, ਨਾ ਹੀ ਸੱਚੀ ਸੁੱਚੀ ਕਿਰਤ ਕਮਾਈ। ਸੱਚੀ ਸੁੱਚੀ ਕਿਰਤ ਕਮਾਈ ਵੀ ਨਹੀਂ, ਨਾ ਹੀ ਸੋਹਣਾ ਪਹਿਰਾਵਾ, ਨਾ ਹੀ ਸੋਹਣੀ ਬੋਲਚਾਲ, ਕੁੱਲ ਮਿਲਾ ਕੇ ਸੋਹਣੀ ਜੀਵਨ ਜਾਚ ਹੀ ਨਹੀਂ ਰਹੀ। ਲਾਸਟ ਲਾਈਨ, ਹਿੰਦੇ ਗੱਲ ਲਟਕ ਗਿਆ, ਹਿੰਦ ਦੇ ਗੱਲ ਲਟਕ ਗਿਆ, ਇੱਕ ਤੋਪ ਗੁਲਾਮੀ ਦਾ ਛਾਤੀ ਤੇ ਮੂੰਹ ਬਦਲਦੀ ਹੈ।
ਗਰੀਬਾਂ ਦੀ, ਮਜ਼ਦੂਰਾਂ ਦੀ, ਕਿਰਤੀਆਂ ਦੀ। ਪੁਰਾਣੀ ਤਹਿਜ਼ੀਬ ਇਹ ਹਿੰਦੁਸਤਾਨ ਕੀ ਕਰਦਾ ਸੀ? ਪੁਰਾਣੀ ਤਹਿਜ਼ੀਬ, ਪੁਰਾਣੀ ਤਹਿਜ਼ੀਬ ਬਾਰੇ ਸਾਰਾ ਹਿੰਦ ਕੀ ਕਰਦਾ ਸੀ? ਢੋਲੇ ਗਾਉਂਦਾ ਸੀ। ਨਵੀਂ ਤਹਿਜ਼ੀਬ ਕਿਸੇ ਛਾਤੀ ਤੇ ਮੂੰਹ ਬਦਲਦੀ ਹੈ? ਨਵੀਂ ਤਹਿਜ਼ੀਬ ਕਿਸੇ ਛਾਤੀ ਤੇ ਮੂੰਹ ਬਦਲਦੀ ਹੈ? ਕਿਸੇ ਛਾਤੀ ਤੇ ਬਟੇ ਕਿਰਤੀਆਂ ਦੀ, ਮਜ਼ਦੂਰਾਂ ਦੀ, ਗਰੀਬਾਂ ਦੀ। ਨੈਕਸਟ ਕੁਸ਼ਚਨ, ਅਮੀਰ ਲੋਕ ਕਿੰਨਾ ਦਾ ਲਹੂ ਪੀ ਕੇ ਗੋਗਣ ਖਵਾਲਦੇ ਹਨ? ਗਰੀਬਾਂ ਦਾ, ਮਜ਼ਦੂਰਾਂ ਦਾ, ਕਿਰਤੀਆਂ ਦਾ। ਅਮੀਰ ਲੋਕ ਕਿੰਨਾ ਦਾ ਲਹੂ ਪੀ ਕੇ ਆਪਣੀ ਗੋਗਣ ਪਾਲਦੇ ਹਨ? ਆਪਣੀ ਗੋਗਣ ਪਾਲਦੇ ਹਨ। ਨਵੀਂ ਤਹਿਜ਼ੀਬ ਨੇ ਭਾਰਤ ਦੀ ਕਿਹੜੀ ਚੀਜ਼ ਖਤਮ ਕਰ ਦਿੱਤੀ? ਚਮਕ। ਭਾਰਤ ਦੀ ਖੁਸ਼ਹਾਲੀ ਜਾਂ ਚਮਕ ਖਤਮ ਕਰ ਦਿੱਤੀ? ਨਵੀਂ ਤਹਿਜ਼ੀਬ ਨੇ ਭਾਰਤ ਦੀ ਕਿਹੜੀ ਚੀਜ਼ ਖਤਮ ਕਰ ਦਿੱਤੀ? ਚਮਕ ਜਾਂ ਖੁਸ਼ਹਾਲੀ? ਅੱਜ ਕੱਲ ਕਿੰਨਾ ਦੇ ਸਿਰਫ ਨਾਮ ਰਹਿ ਗਏ ਹਨ? ਅੱਜ ਕੱਲ ਕਿੰਨਾ ਦੇ ਸਿਰਫ ਨਾਮ ਰਹਿ ਗਏ ਹਨ?